ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦਿਕਪਾਲ। ਲੋਕ ਸਭਾ ਚੋਣਾਂ ਨੂੰ ਕੁਝ ਹੀ ਦਿਨ ਬਚੇ ਨੇ ਤਾਂ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਕਿ ਕਲੇਸ਼ ਹੈ ਉਹ ਨਜ਼ਰ ਆ ਰਿਹਾ, ਕਿਉਂਕਿ ਵੱਡੇ ਜਿਹੜੇ ਕਿ ਲੀਡਰ ਨੇ ਕਾਂਗਰਸ ਨੂੰ ਛੱਡ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਚਾਹੇ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਕਰੀਏ ਜਲੰਧਰ ਤੋਂ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਜੀਪੀ ਦੀ ਗੱਲ ਕਰੀਏ ਤਾਂ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਸਿਟਿੰਗ MLA ਨੇ, ਡਿਪਟੀ LOP ਸੀਗੇ, ਤਾਂ ਅਸਤੀਫਾ ਦੇ ਕੇ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਤਾਂ ਕਾਂਗਰਸ ਦੀ ਸਿਆਸਤ ਦੇ ਵਿੱਚ ਕਹਿੰਦੇ ਇੱਕ ਵਾਰ ਫਿਰ ਤੋਂ ਜਿਹੜੀ ਕਿ ਹਲਚਲ ਉਹ ਸ਼ੁਰੂ ਹੋ ਚੁੱਕੀ ਹੋਈ ਹੈ। ਤਾਂ ਹਾਈਕਮਾਨ ਦੇ ਜਿਹੜੇ ਕਿ ਫੋਨ ਨੇ ਉਹ ਵੱਜਣੇ ਸ਼ੁਰੂ ਹੋ ਚੁੱਕੇ ਨੇ, ਤਾਂ ਪੰਜਾਬ ਦੇ ਕਈ ਵੱਡੇ ਲੀਡਰਾਂ ਜਿਹੜੇ ਕਿ ਫੋਨ ਆ ਰਹੇ ਨੇ, ਤਾਂ ਨਾਲ ਦੀ ਨਾਲ ਪ੍ਰਧਾਨ ਜਿਹੜੇ ਰਾਜਾ ਵੜਿੰਗ ਨੇ ਕਿਹਾ ਜਾ ਰਿਹਾ ਕਿ ਉਹਨਾਂ ਤੋਂ ਵੀ ਹਾਈਕਮਾਨ ਆ ਜਿਹੜੀ ਕਿ ਉਹ ਨਾਰਾਜ਼ ਨਜ਼ਰ ਆ ਰਹੀ ਹੈ, ਕਿਉਂਕਿ ਜਿਹੜਾ ਪਰਿਵਾਰ ਦਾ ਲਾਣੇਦਾਰ ਹੁੰਦਾ, ਪਰਿਵਾਰ ਦਾ ਮੁਖੀ ਹੁੰਦਾ, ਤਾਂ ਉੱਦਾਂ ਹੀ ਪਾਰਟੀ ਦਾ ਜਿਹੜਾ ਕਿ ਮੁਖੀ ਪ੍ਰਧਾਨ ਹੁੰਦਾ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰਿਆਂ ਨੂੰ ਇਕੱਠੇ ਸਮੇਟ ਕੇ ਰੱਖੇ। ਪਰ ਲਗਾਤਾਰ ਜਦੋਂ ਦੇ ਪ੍ਰਧਾਨ ਰਾਜਾ ਵੜਿੰਗ ਬਣੇ ਨੇ ਤਾਂ ਇੱਕ ਤੋਂ ਬਾਅਦ ਇੱਕ ਜਿਹੜੇ ਕਿ ਕਾਂਗਰਸ ਦੀ ਆਗੂ ਨੇ ਉਹ ਕਾਂਗਰਸ ਨੂੰ ਛੱਡਦੇ ਹੋਏ ਨਜ਼ਰ ਆ ਰਹੇ ਨੇ। ਤਾਂ ਜ਼ਿਆਦਾ ਗੱਲਬਾਤ ਕਰਨ ਸਾਡੇ ਨਾਲ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਜੀ ਮੌਜੂਦ ਨੇ। ਵੈਦ ਸਾਹਿਬ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਧੰਨਵਾਦ। ਵੈਦ ਸਾਹਿਬ, 22 ਦੇ ਵਿੱਚ ਵੀ ਇਹ ਕੁਛ ਦੇਖਣ ਨੂੰ ਮਿਲਿਆ, ਕਾਟੋ ਕਲੇਸ਼ ਕਾਂਗਰਸ ਦੇ ਵਿੱਚ, ਤਾਂ ਹੁਣ ਫਿਰ ਚੋਣਾਂ ਨੇੜੇ ਆ ਰਹੀਆਂ ਨੇ, ਤਾਂ ਕਾਂਗਰਸ ਦੇ ਵੱਡੇ ਜਿਹੜੇ ਕਿ ਲੀਡਰ ਨੇ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਜਾ ਰਹੇ। ਜੇਕਰ ਤਾਜ਼ਾ ਅੱਜ ਦੀ ਗੱਲ ਕਰੀਏ ਤਾਂ ਰਾਜਕੁਮਾਰ ਚੱਬੇਵਾਲ ਡਿਪਟੀ LOP ਸੀਗੇ, ਉਹ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਗਏ ਤੇ MLAਸ਼ਿਪ ਤੋਂ ਵੀ ਅਸਤੀਫਾ ਦੇ ਕੇ ਸ਼ਾਮਿਲ ਹੋ ਗਏ, ਕੀ ਕਹਿਣਾ ਚਾਹੋਗੇ? ਦੇਖੋ, ਇਹਨਾਂ ਹਰ ਇੱਕ ਦੀ ਪੋਲਿਟਿਕਸ ਦੇ ਵਿੱਚ ਇੰਡੀਵਿਜੁਅਲਿਟੀ ਹੈ, ਕਨਵੀਨੀਅੰਸ ਹੈ। ਚਾਹੇ ਸੁਸ਼ੀਲ ਰਿੰਕੂ ਸੀ, ਉਹ ਮੇਰੇ ਨਾਲ 17 ਤੋਂ 22 ਤੱਕ MLA ਰਹੇ, ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਮਜਬੂਰੀ ਰਹੀ, ਉਹ ਉੱਧਰ ਚਲੇ ਗਏ ਕਿਉਂਕਿ ਸਰਕਾਰ ਹੈ ਮੌਕੇ ਦੀ ਆਮ ਆਦਮੀ ਪਾਰਟੀ ਦੀ। ਇਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ GP, ਉਹ ਪਹਿਲਾਂ ਵੀ ਅਕਾਲੀ ਦਲ 'ਚ ਸੀ। ਤੁਸੀਂ ਦੇਖੋ ਨਾ ਕਿੰਨੀਆਂ ਪਾਰਟੀਆਂ ਬਦਲੀਆਂ, ਹਾਲਾਂਕਿ ਮੇਰੇ ਉਹਨਾਂ ਨਾਲ ਬਹੁਤ ਅੱਛੇ ਰਿਲੇਸ਼ਨਸ ਹੈ। ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ 'ਚ ਸੀ, ਫਿਰ ਉਹ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ PPP ਸੀ, ਪੀਪਲਜ਼ ਪਾਰਟੀ, ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦੇ ਨਾਲ ਉਹ ਪੀਪਲ ਪਾਰਟੀ 'ਚ ਚਲੇ ਗਏ, ਫਿਰ ਉਹ ਕਾਂਗਰਸ 'ਚ ਆ ਗਏ ਛੱਡ ਕੇ PPP, ਜਦੋਂ PPP ਟੁੱਟ ਗਈ ਅਤੇ ਕਾਂਗਰਸ 'ਚ ਉਹ ਵੀ ਮੇਰੇ ਨਾਲ 17 ਤੋਂ 22 ਤੱਕ MLA ਰਹੇ। ਇਸੇ ਤਰ੍ਹਾਂ ਹੀ ਡਾਕਟਰ ਰਾਜਕੁਮਾਰ ਚੱਬੇਵਾਲ, ਇਹ ਵੀ ਮੇਰੇ ਨਾਲ ਪਹਿਲਾਂ 17 ਤੋਂ 22 ਤੱਕ ਆਪਣੇ MLA ਰਹੇ, ਹੁਣ ਦੁਬਾਰਾ ਫਿਰ MLA ਬਣ ਗਏ ਅਤੇ ਡਿਪਟੀ LOP ਸੀ। ਮੈਂ ਨਹੀਂ ਸਮਝਦਾ ਕਿ ਕਾਂਗਰਸ ਪਾਰਟੀ ਨੇ ਇਹਨਾਂ ਸਾਰਿਆਂ ਨੂੰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਬਹੁਤ ਵਧੀਆ ਇਹਨਾਂ ਦੀ ਪੁਜੀਸ਼ਨ ਰਹੀਆਂ, ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਜਿਹੜੀ ਸਰਕਾਰ ਹੈ ਮੌਕੇ ਦੀ, ਉਹਨੂੰ ਸਰਕਾਰ ਨੇ ਇਹਨਾਂ ਨੂੰ ਇਨਫਲੂਐਂਸ ਕਰ ਲਿਆ। ਇਨਫਲੂਐਂਸ ਨਹੀਂ ਹੋਣਾ ਚਾਹੀਦਾ ਸੀ, ਲੇਕਿਨ ਕਿਤੇ ਨਾ ਕਿਤੇ ਕੋਈ ਇਹਨਾਂ ਦਾ, ਮੈਂ ਸਮਝਦਾ ਵੀ ਇਹਨਾਂ ਦੀ ਕੋਈ ਸ਼ੁਰੂ ਤੋਂ ਹੀ ਕੋਈ ਨਾ ਕੋਈ ਇਹਨਾਂ ਦੀ ਆਪਸ 'ਚ ਕੋਈ ਅੱਟੀ ਸੱਟੀ ਰਹੀ ਹੋਏਗੀ, ਤਾਂ ਹੀ ਉੱਧਰ ਸ਼ਿਫਟ ਹੋਏ ਨੇ। ਲੇਕਿਨ ਪਾਰਟੀਆਂ, ਲੋਕ ਬਦਲਦੇ ਨੇ, ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਪਰ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ। ਵੈਸੇ ਚੋਣਾਂ ਨੇੜੇ ਨੇ, ਲੋਕ ਸਭਾ ਦੀਆਂ ਚੋਣਾਂ ਨੇ ਆਉਣ ਵਾਲੀਆਂ ਨੇ, ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਦਲਿਤ ਵੋਟ ਕਾਫੀ ਜ਼ਿਆਦਾ ਹੈ। ਰਾਜਕੁਮਾਰ ਚੱਬੇਵਾਲ ਕਾਫੀ ਪ੍ਰਭਾਵ ਰੱਖਦੇ ਨੇ, ਹੁਸ਼ਿਆਰਪੁਰ ਦੀ ਗੱਲ ਕਰੀਏ ਜਾਂ ਫਿਰ ਜਲੰਧਰ ਦੀ ਗੱਲ ਕਰੀਏ ਜਾਂ ਫਿਰ ਨਾਲ ਲੱਗਦੇ ਆਨੰਦਪੁਰ ਸਾਹਿਬ ਦੀ ਗੱਲ ਕਰੀਏ, ਕੀ ਲੱਗਦਾ ਕਾਂਗਰਸ ਨੂੰ ਕਿੰਨਾ ਕੁ ਘਾਟਾ? ਬਿਲਕੁਲ ਇਹ ਗਲਤ ਗੱਲ ਹੈ ਕਿ ਰਾਜਕੁਮਾਰ ਚੱਬੇਵਾਲ ਬਹੁਤ ਪ੍ਰਭਾਵ ਰੱਖਦੇ ਨੇ ਸਾਡੇ SC ਪਰਿਵਾਰਾਂ 'ਚ, ਬਿਲਕੁਲ ਇਹ ਗਲਤ ਗੱਲ ਹੈ। ਜੇ ਇੰਨਾ ਹੀ ਪ੍ਰਭਾਵ ਹੁੰਦਾ ਤਾਂ ਫਿਰ ਆਪਣਾ ਜਿਹੜੀ 19 ਵਾਲੀ MP ਦੀ ਇਲੈਕਸ਼ਨ ਸੀ ਉਹ ਜਿੱਤ ਜਾਂਦੇ, ਬਿਲਕੁਲ ਨਹੀਂ ਜਿੱਤੇ। ਆਹ ਹੁਣ ਸਾਡੀ ਜਿਹਦੇ ਵਿੱਚ ਆਹ ਜਿਹੜੀ ਪਿੱਛੇ ਚੌਧਰੀ ਸਾਹਿਬ ਦੀ ਡੈਥ ਤੋਂ ਬਾਅਦ ਜਲੰਧਰ ਦੀ ਇਲੈਕਸ਼ਨ ਹੋਈ ਹੈ, ਜੇ ਰਾਜਕੁਮਾਰ ਚੱਬੇਵਾਲ ਦਾ ਇੰਨਾ ਹੀ ਇਨਫਲੂਐਂਸ ਹੁੰਦਾ ਤਾਂ ਉਹ ਜਲੰਧਰ ਸੀਟ ਜਿੱਤ ਲੈਂਦੇ। ਇਹ ਐਵੇਂ ਕਿਆਸ ਰਾਈਆਂ ਨੇ। ਠੀਕ ਹੈ, ਸਾਡੇ ਉਹ ਦੋ ਵਾਰੀ MLA ਰਹੇ ਨੇ ਅਤੇ ਡਿਪਟੀ LOP ਰਹੇ ਨੇ, ਇਸੇ ਤਰ੍ਹਾਂ ਸੁਸ਼ੀਲ ਰਿੰਕੂ, ਇਸੇ ਤਰ੍ਹਾਂ GP। ਸੋ ਇਹ ਮਿੱਤਰਾ ਸਿੱਧੀ ਜਿਹੀ ਗੱਲ ਹੈ, ਪਾਰਟੀਆਂ ਹਮੇਸ਼ਾ ਜ਼ਿੰਦਾ ਰਹਿੰਦੀਆਂ ਨੇ, ਬੰਦੇ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ,
ਸੋ ਇਸ ਕਰਕੇ ਨਹੀਂ ਇਹ ਕੋਈ ਵੱਡਾ ਦਰਖਤ, ਇਹ ਕਿਹੜਾ ਕਿਹੜਾ ਵੱਡਾ ਦਰਖਤ ਹੈ? ਜਾਖੜ ਸਾਹਿਬ ਚਲੇ ਗਏ ਸਾਡੇ ਪ੍ਰਧਾਨ ਰਹੇ, ਕੀ ਫਰਕ ਪੈ ਗਿਆ ਕਿ ਕਾਂਗਰਸ ਪਾਰਟੀ ਮਰ ਗਈ? ਨੋ ਬਿਲਕੁਲ ਨਹੀਂ। ਜਿਹੜੇ ਸਾਡੇ BJP 'ਚ ਗਏ ਸੀ ਬੰਦੇ, ਆਪਣਾ ਰਾਜਕੁਮਾਰ ਵੇਰਕਾ, ਸਰਦਾਰ ਬਲਵੀਰ ਸਿੰਘ ਸਿੱਧੂ, ਕਾਂਗੜ ਸਾਹਿਬ ਵਾਪਸ ਆ ਗਏ, ਅਤੇ ਜਿਹੜੇ ਸਾਨੂੰ ਛੱਡ ਕੇ ਗਏ ਸੀਗੇ ਕਈ ਹੋਰ ਦੋ ਤਿੰਨ ਵੱਡੇ ਨੇਤਾ, ਉਹ ਵੀ ਹੁਣ ਕਾਂਗਰਸ 'ਚ ਆਉਣ ਨੂੰ ਫਿਰਦੇ ਨੇ, ਉੱਥੇ ਜਾ ਕੇ ਬੜੇ ਦੁਖੀ ਨੇ, ਮਜਬੂਰੀ ਬਣੀ ਪਈ ਹੈ, ਆਪਣੀ ਇੱਜ਼ਤ ਦਾ ਸਵਾਲ ਬਣਾਈ। ਬਟ ਮੇਰਾ ਖਿਆਲ ਆ ਦੋ ਤਿੰਨ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਵੀ ਦੋ ਤਿੰਨ ਵੱਡੇ ਲੀਡਰਾਂ ਦੀ ਸ਼ਮੂਲੀਅਤ ਹੋਣ ਵਾਸਤੇ ਜਾ ਰਹੀ ਹੈ। ਹੁਣ ਇੱਕ ਹੋਰ MLA ਤਾਂ ਕਿਹਾ ਜਾ ਰਿਹਾ ਕਿ ਹੋਰ ਜਿਹੜਾ ਕਿ ਸਿਟਿੰਗ MLA ਉਹਨਾਂ ਨੂੰ ਵੀ ਗੱਲਬਾਤ ਚੱਲ ਰਹੀ ਹੈ, BJP ਨਾਲ ਵੀ ਗੱਲਬਾਤ ਚੱਲ ਰਹੀ ਹੈ, ਆਮ ਆਦਮੀ ਪਾਰਟੀ ਨਾਲ ਵੀ ਗੱਲਬਾਤ ਚੱਲ ਰਹੀ ਹੈ। ਪਹਿਲਾਂ ਵੀ ਕਿਹਾ ਬੰਦੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ, ਠੀਕ ਹੈ, ਲੇਕਿਨ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ। ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਬਹੁਤ ਮਜ਼ਬੂਤ ਪਾਰਟੀ ਹੈ। ਰਾਜਾ ਅਮਰਿੰਦਰ ਸਿੰਘ ਵੜਿੰਗ ਬਹੁਤ ਵਧੀਆ ਕੰਮ ਕਰ ਰਹੇ ਨੇ, ਸਾਡੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਰੰਧਾਵਾ ਸਾਹਿਬ, ਇਹ ਸਾਡੇ ਥੰਮ ਨੇ ਕਾਂਗਰਸ ਦੇ, ਇਹਨਾਂ ਨੇ ਕਾਂਗਰਸ ਨੂੰ ਸੰਭਾਲਿਆ ਹੋਇਆ। ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਇੱਕ ਬੰਦਾ ਜਾਂਦਾ, ਕੀ ਫਰਕ ਪਊਗਾ ਮੈਨੂੰ ਤਾਂ? ਤੁਸੀਂ ਰਿਜ਼ਲਟ ਵੇਖਿਓ। ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਣੀ ਚਾਹੁੰਦਾ ਕਿ ਮੇ ਦੇ ਵਿੱਚ ਸਾਰੇ ਰਿਜ਼ਲਟ ਆ ਜਾਣੇ ਆ, ਤੁਹਾਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਤੁਹਾਨੂੰ ਨਿੱਤਰ ਕੇ ਆਜੂਗਾ। ਵੈਸੇ ਕੀ ਲੱਗਦਾ ਕੀ ਹੈ, ਪੰਜਾਬ ਦੀ ਜਿਹੜੀ ਕਿ ਰਾਜਨੀਤੀ ਹੈ ਸੰਭਾਲੀ ਕਿਉਂ ਨਹੀਂ ਜਾ ਰਹੀ? ਵੱਡੇ ਜਿਹੜੇ ਕਿ ਲੀਡਰ ਨੇ ਉਹ ਆਪੋ ਆਪਣੇ ਵੱਖਰੇ ਰਾਹ ਉੱਤੇ ਤੁਰਦੇ ਨਜ਼ਰ ਆ ਰਹੇ ਨੇ, ਜਿੰਨੇ ਵੀ ਤੁਹਾਡੇ ਵੱਡੇ ਲੀਡਰ ਨੇ। ਔਰ GP ਸਾਹਿਬ ਤਾਂ ਇਹ ਵੀ ਇਲਜ਼ਾਮ ਲਾ ਕੇ ਕਹਿੰਦੇ ਵੀ ਆਪਣਾ ਦਿੱਲੀ ਦੀ ਜਿਹੜੀ ਕਿ ਬੈਠੀ ਹੈ ਲੀਡਰਸ਼ਿਪ, ਉਹ ਪੰਜਾਬ ਦੇ ਵਿੱਚ ਤਿੰਨ ਤਿੰਨ ਬੰਦੇ ਉਹਨਾਂ ਨੇ ਲਾਏ ਨੇ, ਸੋਨੀਆ ਗਾਂਧੀ ਨੇ ਆਪਦਾ ਬੰਦਾ ਲਾਇਆ, ਰਾਹੁਲ ਗਾਂਧੀ ਨੇ ਆਪਦਾ ਬੰਦਾ ਲਾਇਆ, ਤਾਂ ਪ੍ਰਿਯੰਕਾ ਗਾਂਧੀ ਨੇ ਆਪਦਾ ਬੰਦਾ ਲਾਇਆ ਹੋਇਆ। ਮੈਂ ਗੁਰਪ੍ਰੀਤ ਸਿੰਘ GP ਨੂੰ ਪੁੱਛਦਾ, ਕਾਂਗਰਸ ਨੇ ਗੁਰਪ੍ਰੀਤ ਸਿੰਘ GP ਨੂੰ ਕੀ ਨਹੀਂ ਦਿੱਤਾ? ਕਿਹੜਾ ਇੱਜ਼ਤ ਮਾਣ ਨਹੀਂ ਦਿੱਤਾ? MLA ਬਣਿਆ ਸਾਡੇ ਨਾਲ, ਵਿਧਾਨ ਸਭਾ 'ਚ ਰਿਹਾ, GP ਦਾ ਬਹੁਤ ਅੱਛਾ ਕੰਮ ਰਿਹਾ। ਪਰ ਮੈਨੂੰ ਇੱਕ ਚੀਜ਼ ਦਾ ਅਫਸੋਸ ਹੈ ਕਿ ਤੁਸੀਂ ਦੂਜੀ ਪਾਰਟੀ ਚਲੇ ਗਏ, ਚਲੋ ਠੀਕ ਹੈ, ਤੁਸੀਂ ਆਪਣੀ ਮਾਂ ਜਿਹੜੀ ਤੁਹਾਡੀ ਪਾਰਟੀ ਉਹਨੂੰ ਭੰਡਦੇ ਕਿਉਂ? ਕੋਈ ਗਲਤ ਗੱਲ ਹੈ ਜਿਹੜੀ GP ਨੇ ਤੁਸੀਂ ਦੱਸਿਆ? ਮੈਂ ਸਟੇਟਮੈਂਟ ਸੁਣੀ ਨਹੀਂ ਕਿ ਜੀ ਉਹ ਤਾਂ ਸੋਨੀਆ ਜੀ ਨੇ ਵੱਖਰਾ ਬੰਦਾ ਲਾਇਆ। ਉਹ ਤਾਂ ਹਰ ਪਾਰਟੀ 'ਚ ਲੱਗਿਆ ਹੋਇਆ, ਸ਼੍ਰੋਮਣੀ ਅਕਾਲੀ ਦਲ 'ਚ ਨਹੀਂ ਹੈ, ਆਮ ਆਦਮੀ ਪਾਰਟੀ 'ਚ ਨਹੀਂ ਹੈ। ਆਮ ਆਦਮੀ ਪਾਰਟੀ ਦੇ ਤੁਸੀਂ ਵੇਖ ਲਓ, ਦੱਸਣ ਦੀ ਵੀ ਲੋੜ ਨਹੀਂ। BJP ਦੇ ਦੇਖ ਲਓ ਤੁਸੀਂ ਕਿੰਨੇ ਨੇ। ਇਹ ਐਵੇਂ ਗੱਲਾਂ ਹੁੰਦੀਆਂ ਨੇ, GP ਵਰਗੇ ਜਿਹੜਾ ਇੰਨਾ ਵਧੀਆ ਇਨਸਾਨ ਆ, ਸੁਲਝਿਆ ਨੂੰ, ਉਹਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਠੀਕ ਹੈ ਜੇ ਉਹਨੂੰ ਆਮ ਆਦਮੀ ਪਾਰਟੀ ਚੰਗੀ ਲੱਗੀ, ਉਹ ਆਮ ਆਦਮੀ ਪਾਰਟੀ ਦਾ ਤਾਰੀਫ ਕਰੇ, ਪਰ ਇਹ ਕੀ ਹੋਇਆ ਕਿ ਜੀ ਉਹ ਜਿਹੜੀ ਜਿਹੜੀ ਕਾਂਗਰਸ ਨੇ ਇੰਨਾ ਕੁਛ ਦਿੱਤਾ ਉਹਨੂੰ ਐਵੇਂ ਭੰਡਣ ਲੱਗ ਜਾਓ, ਬਹੁਤ ਗਲਤ ਗੱਲ ਹੈ। ਤੁਸੀਂ ਵੀ ਵਿਧਾਇਕ ਰਹੇ ਹੋ, ਲੋਕਾਂ ਦੇ ਵਿੱਚ ਵਿਚਰਦੇ ਵੀ, ਲੋਕ ਹੁਣ ਕਿਸ ਤਰ੍ਹਾਂ ਯਕੀਨ ਕਰਨਗੇ? ਕਹਿੰਦੇ ਵੀ ਇੱਕ ਪੋਲੀਟੀਕਲ ਆਦਮੀ ਰਾਜਨੀਤੀ, ਚਾਹੇ ਕੋਈ MLA ਹੈ, ਚਾਹੇ ਕੋਈ ਮੰਤਰੀ ਹੈ, ਸ਼ਾਮ ਨੂੰ ਬਿਆਨ ਕੋਈ ਹੋਰ ਦਿੰਦੇ ਨੇ, ਸਵੇਰੇ ਪਤਾ ਲੱਗਦਾ ਆਪ ਵੀ ਉਹਦੇ ਵਿਰੁੱਧ ਹੋਏ ਪਏ ਨੇ। ਤੁਸੀਂ ਪ੍ਰੈਸ ਦੇ ਵਿੱਚ ਹੋ, ਦੈਨਿਕ ਸਵੇਰਾ ਇੱਕ ਬੜਾ ਵੱਡਾ ਜ਼ਿੰਮੇਵਾਰ ਨਿਊਜ਼ ਪੇਪਰ ਹੈ, ਚੈਨਲ ਹੈ, ਮੇਰੇ ਨਾਲੋਂ ਸ਼ਾਇਦ ਵੱਧ ਤੁਸੀਂ ਲੋਕ ਜਾਣਦੇ ਹੋ। ਇਹ ਚਾਹੀਦਾ ਨਹੀਂ, ਇਹ ਗੰਦੀ ਪੋਲੀਟਿਕਸ ਹੈ। ਬੰਦਿਆਂ ਦੇ ਸਟੈਂਡ ਹੁੰਦੇ ਨੇ ਯਾਰ, ਉਹ ਸਟੈਂਡ 'ਤੇ ਕਾਇਮ ਰਹਿਣਾ ਚਾਹੀਦਾ। ਜਿਹੜੀ ਸਵੇਰੇ ਸਟੇਟਮੈਂਟ ਦਿੱਤੀ ਹੈ, ਸ਼ਾਮ ਨੂੰ ਉਹਦੇ 'ਤੇ ਰਹੋ, ਸਟੈਂਡ ਲਓ, ਲੋਕਾਂ ਨੂੰ ਦੱਸੋ ਕਿ ਜੀ ਮੈਂ ਆਹ ਗੱਲ ਕਹੀ ਸੀ, ਇਹ ਮੈਂ ਇਸ ਸੰਦਰਭ 'ਚ ਗੱਲ ਕਹੀ ਸੀ, ਇਹ ਠੀਕ ਹੈ। ਪਰ ਤੁਸੀਂ ਦੇਖੋ ਨਾ, ਜਨਤਾ ਦੀਆਂ ਨਜ਼ਰਾਂ ਦੇ ਵਿੱਚ ਪੋਲੀਟੀਕਲ ਬੰਦਾ ਇੱਕ ਚੋਰ ਬਣ ਗਿਆ। ਚੋਰ ਨਹੀਂ ਹੈ ਪੋਲੀਟੀਕਲ ਬੰਦੇ, ਅਸੀਂ ਇੱਕ ਦੂਜੇ 'ਤੇ ਤੁਹਮਤ ਲਾ ਲਾ ਕੇ ਤੂੰ ਚੋਰ ਹੋ, ਕਹਿੰਦਾ ਤੂੰ ਚੋਰ ਹੋ, ਕਹਿੰਦਾ ਤੂੰ ਚੋਰ, ਚੋਰ ਬਣ ਗਏ। ਪਰ ਪਹਿਲਾਂ ਲੋਕ ਗੱਲਾਂ ਕਰਦੇ ਹੁੰਦੇ ਸੀ, ਜਦੋਂ ਬੈਠਦੇ ਸੀ ਇਕੱਠੇ, ਕਹਿੰਦੇ ਵੀ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਕੁਰਸੀਆਂ ਦੇ ਭੁੱਖੇ ਹੁੰਦੇ, ਸੱਤਾ ਦੇ ਭੁੱਖੇ ਹੁੰਦੇ ਨੇ, ਪਰ ਉਹ ਕੀ ਲੱਗਦਾ ਨਹੀਂ ਉਹ ਗੱਲ ਹੁਣ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ? ਨਹੀਂ, ਇਹ ਤਾਂ ਦੇਖੋ ਜਦੋਂ ਤੋਂ ਇਨਸਾਨ ਬਣਿਆ ਨਾ, ਪਹਿਲਾਂ ਛੋਟੇ ਛੋਟੇ ਕਬੀਲੇ ਹੁੰਦੇ ਸੀ, ਵੀ ਛੋਟੇ ਛੋਟੇ ਰਾਜ ਬਣ ਗਏ, ਫਿਰ ਹਜ਼ਾਰਾਂ ਸਾਲਾਂ ਬਾਅਦ ਡੈਮੋਕ੍ਰੇਸੀ ਆ ਗਈ। ਆ BJP ਸਰਕਾਰ ਦਾ ਹਾਲ ਦੇਖ ਲਓ ਕਿ ਮੋਦੀ ਸਾਹਿਬ ਅਤੇ ਅਮਿਤ ਸ਼ਾਹ ਸੱਤਾ ਹੱਥੇ ਆਉਣ ਲਈ ਵੀ ਤੀਜੀ ਵਾਰ ਬਣ ਜਾਈਏ, ਕਿਹੋ ਜਿਹੇ ਗਲਤ ਕੰਮ ਕਰਦੇ ਨੇ ਦੱਸੋ, ਉਹਨਾਂ ਨੇ ਕੀ ਛੱਡਿਆ? ED, CBI, NIA,
ਬੜ ਸਾਰਾ ਕੁਛ ਹੀ ਵਰਤ ਰਹੇ ਨੇ। ਐਂਡ ਈ ਡੀ ਅਤੇ ਸੀ ਬੀ ਆਈ ਸਿਰਫ ਐਂਡ ਸਿਰਫ ਅਪੋਜੀਸ਼ਨ ਲੀਡਰਾਂ ਵਾਸਤੇ ਹੈ, ਉਹਨਾਂ ਦੀ ਆਪਣੀ ਪਾਰਟੀ ਵਾਸਤੇ ਨਹੀਂ ਹੈ। ਸੋ ਇਹ ਸਾਰਾ ਕੁਛ ਚੱਲਦਾ ਪਰ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਡਾਕਟਰ ਬਾਬਾ ਸਾਹਿਬ ਅੰਬੇਦਕਰ ਨੇ ਜਿਹੜੀ ਇਹ ਕੌਂਸਟੀਟਿਊਸ਼ਨ ਬਣਾਇਆ, ਜੇ ਆਪਾਂ ਬਿਲਕੁਲ ਕੌਂਸਟੀਟਿਊਸ਼ਨ ਦੀ ਸਪਿਰਿਟ ਨਾਲ ਚੱਲੀਏ ਤਾਂ ਮੇਰੇ ਖਿਆਲ ਫਿਰ ਤਾਂ ਇੱਥੇ ਬਹੁਤ ਹਾਸੇ ਦੇ ਖੇੜੇ ਹੋਣਗੇ। ਆ ਮੈਂ ਕੱਲ੍ਹ ਇੱਕ ਵੀਡੀਓ ਦੇਖ ਰਿਹਾ ਸੀ, ਬੰਦੇ ਨੇ ਬੜੀ ਵਧੀਆ ਗੱਲ ਕਿ ਮੈਂ ਨਾਮ ਭੁੱਲ ਗਿਆ, ਤੁਸੀਂ ਮੋਦੀ ਸਾਹਿਬ ਦੀ, ਅਮਿਤ ਸ਼ਾਹ ਦੀ ਅਤੇ ਬੀਜੇਪੀ ਦੇ ਵੱਡੇ ਲੀਡਰ ਸਪੀਚ ਸੁਣ ਲਓ। ਉਹ ਸਪੀਚ ਕਾਹਦੇ ਨਾਲ ਭਰੀ ਹੋਈ ਹੈ? ਹੇਟਰਡ ਨਾਲ, ਨਫ਼ਰਤ ਨਾਲ ਭਰੀ ਹੋਈ ਹੈ। ਉੱਧਰੋਂ ਰਾਹੁਲ ਗਾਂਧੀ ਜੀ ਅਤੇ ਖੜਗੇ ਸਾਹਿਬ ਦਾ ਤੁਸੀਂ ਸਟੇਟਮੈਂਟਾਂ ਅਤੇ ਉਹਨਾਂ ਦੀ ਲੈਕਚਰ ਸੋ, ਉਹਦੇ ਵਿੱਚ ਅਫੈਕਸ਼ਨ ਹੈ, ਪਿਆਰ ਹੈ, ਲਵ ਹੈ, ਇਹ ਫੈਕਟ ਹੈ। ਤੁਸੀਂ ਮੋਦੀ ਸਾਹਿਬ ਦੀ ਆ ਜਿਹੜੀ ਆ ਪਿਛਲੇ 15 ਦਿਨਾਂ, ਮੈਨੂੰ ਇੱਕ ਸਪੀਚ ਦੱਸ ਦਿਓ ਕਿ ਮੋਦੀ ਸਾਹਿਬ ਦੀ ਇੱਕ ਸਪੀਚ ਦੇ ਵਿੱਚ ਕੋਈ ਪਿਆਰ ਦਾ ਲਫ਼ਜ਼ ਹੈ? ਐਡੇ ਕੁ ਘਬਰਾ ਗਏ ਯਾਰ, ਐਡੇ ਕਿਉਂ ਘਬਰਾਉਂਦੇ ਹੋ? ਛੱਡ ਨਾ, 5 ਸਾਲ ਆਉਂਗੇ, ਅਗਲੀ ਵਾਰੀ ਆ ਜਾਓਗੇ, ਅਗਲੀ ਵਾਰੀ ਨਹੀਂ ਆਉਂਗੇ ਉਸ ਤੋਂ ਅਗਲੀ ਵਾਰੀ ਆ ਜਾਓ। ਇਹ ਥੋੜ੍ਹੀ ਵੀ ਜੇ ਇੱਕ ਵਾਰੀ ਮੈਂ ਸੱਤਾ 'ਚ ਆ ਗਿਆ ਵੀ ਮੁੜ ਕੇ ਹੁਣ ਸੱਤਾ ਮੈਂ ਜਾਣ ਨਹੀਂ ਦੇਣੀ, ਇਹ ਕਿੱਥੋਂ ਦੀ ਡੈਮੋਕ੍ਰੇਸੀ ਹੈ? ਇਹਨੂੰ ਰੱਖਣ ਲਈ ਮੈਂ ਤੀਜੀ ਟਰਮ ਵਿੱਚ ਵੀ ਆ ਜਾ। ਤੁਸੀਂ ਆ ਪਿਛਲੀ ਮੋਦੀ ਸਾਹਿਬ ਅਤੇ ਅਮਿਤ ਸ਼ਾਹ ਦੀਆਂ ਸਟੇਟਮੈਂਟਾਂ ਤਾਂ ਪੜ੍ਹੋ, ਨਫ਼ਰਤ ਨਾਲ ਭਰੀਆਂ ਹੋਈਆਂ ਨੇ, ਲੇਕਿਨ ਰਾਹੁਲ ਗਾਂਧੀ ਜੀ ਦਾ ਤੁਸੀਂ ਦੇਖੋ ਉਹ 'ਚ ਖੁਸ਼ੀਆਂ ਨੇ, ਖੇੜੇ ਨੇ, ਹਾਸੇ ਨੇ, ਠੱਠੇ ਨੇ ਅਤੇ ਪਿਆਰ ਹੀ ਪਿਆਰ ਹੈ। ਪ੍ਰਧਾਨਗੀ ਨੂੰ ਕਿਵੇਂ ਦੇਖਦੇ ਹੋ ਵੈਸ ਸਾਹਿਬ, ਕਿਉਂਕਿ ਜਦੋਂ ਤੋਂ ਪ੍ਰਧਾਨ ਬਣੇ ਆ ਤਾਂ ਲਗਾਤਾਰ ਬੰਦੇ ਛੱਡ ਕੇ ਕਾਫੀ ਜਾ ਰਹੇ ਨੇ? ਦੇਖੋ, ਬੰਦੇ ਛੱਡ ਕੇ ਜਾਣਾ ਵੱਖਰੀ ਗੱਲ ਹੈ, ਰਾਜਾ ਬਣੇ ਬਹੁਤ ਵਧੀਆ ਪ੍ਰਧਾਨ ਨੇ, ਬੜੀ ਵਧੀਆ ਪ੍ਰਧਾਨਗੀ ਕਰ ਰਹੇ ਨੇ, ਕਾਂਗਰਸ ਨੂੰ ਉਹਨਾਂ ਨੇ ਜੋੜ ਕੇ ਰੱਖਿਆ। ਪਹਿਲਾਂ ਇੱਕ ਐਸਾ ਪ੍ਰਧਾਨ ਮੈਂ ਵੇਖਿਆ ਜਿਹਨੇ ਪ੍ਰੋਪਰ ਔਰਗੇਨਾਈਜੇਸ਼ਨ ਬਣਾ ਤੀ, ਅਸੀਂ ਬੂਥ ਲੈਵਲ ਤੱਕ ਪਹੁੰਚ ਗਏ ਹਾਂ। ਇਹ ਪਹਿਲਾਂ ਕਦੇ ਵੀ ਨਹੀਂ ਕਾਂਗਰਸ 'ਚ ਹੋਇਆ ਸੀ, ਕਾਂਗਰਸ ਦਾ ਕਲਚਰ ਹੀ ਨਹੀਂ ਸੀ। ਹਰ ਮਹੀਨੇ ਮੀਟਿੰਗ ਲੈਂਦੇ ਨੇ ਬਲਾਕ ਲੈਵਲ ਦੇ ਸਾਡੇ ਪ੍ਰਧਾਨਾਂ ਤੱਕ ਵੀ, ਹੁਣ ਕਹਿੰਦੇ ਮੈਂ ਬੂਥ ਲੈਵਲ ਦੇ ਪ੍ਰਧਾਨਾਂ ਨਾਲ ਵੀ ਮੀਟਿੰਗ ਕਰਨੀ ਹੈ। ਕਿੱਡੀ ਵੱਡੀ ਗੱਲ ਹੈ! ਮੈਂ ਤਾਂ ਕਹੂੰਗਾ ਕਿ ਰਾਜਾ ਵੜਿੰਗ ਨੇ ਕਾਂਗਰਸ ਨੂੰ ਪੰਜਾਬ 'ਚ ਦੁਬਾਰਾ ਸਰਵਾਈਵ ਕਰਾ ਦਿੱਤਾ। ਜਲੰਧਰ ਦੇ ਵਿੱਚ ਵੀ ਜਦੋਂ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਵਿੱਚ ਸੀਗੇ ਤਾਂ ਉਦੋਂ ਰਾਜਾ ਵੜਿੰਗ ਦੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਰਿੰਕੂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਕਾਂਗਰਸ ਛੱਡ ਕੇ ਜਾਂਦਾ ਇਹਨਾਂ ਦੀ ਗੱਦਾਰ ਵਰਡ ਯੂਜ਼ ਕੀਤਾ ਗਿਆ ਸੀ, ਗੱਦਾਰ ਲਿਖ ਕੇ ਇਹਨਾਂ ਦੀ ਕਾਂਗਰਸ ਭਵਨ ਦੇ ਵਿੱਚ ਫੋਟੋ ਲਗਾਈ ਜਾਵੇ, ਤਾਂ ਹੁਣ ਵੀ ਉਹੀ ਚੀਜ਼ਾਂ ਫਿਰ ਤੋਂ ਦੁਬਾਰਾ ਨਜ਼ਰ ਆ ਰਹੀਆਂ। ਦੇਖੋ, ਮੈਂ ਚਲੋ ਮੈਂ ਨਹੀਂ ਕਹਿੰਦਾ ਕਿ ਕਿਸੇ ਦੇ ਖਿਲਾਫ਼ ਕੋਈ ਗਲਤ ਲਫ਼ਜ਼ ਬੋਲਿਆ ਜਾਵੇ, ਗਲਤ ਹੈ, ਪਰ ਬੇਸਿਕਲੀ ਤਾਂ ਗਲਤ ਹੈ ਨਾ। ਜਿਸ ਪਾਰਟੀ ਨੇ ਤੁਹਾਨੂੰ ਸਾਰਾ ਕੁਝ ਦਿੱਤਾ, ਤੁਸੀਂ ਉਸ ਪਾਰਟੀ ਨੂੰ ਛੱਡ ਕੇ ਚਲੇ ਜਾਂਦੇ ਹੋ, ਠੀਕ ਹੈ, ਟੈਂਪਰੇਰੀ ਸ਼ਾਰਟ ਸਾਈਟਡਨੈਸ ਨਾਲ ਵੀ ਮੈਨੂੰ ਹੁਣ ਇਮੀਡੀਏਟਲੀ ਆਹ ਮਿਲ ਜੂਗਾ, ਕੋਈ ਨਹੀਂ, ਵੇਟ ਕਰੋ, ਕੀ ਫਰਕ ਪੈਂਦਾ ਆ? ਲੋਕ ਵੀ ਇਹੀ ਸੋਚਦੇ ਨੇ, 2 ਵਾਰ ਵਿਧਾਇਕ ਰਹੇ, ਇਹ ਵੀ ਕਿਹਾ ਜਾਂਦਾ ਕਿ 40 ਸਾਲਾਂ ਬਾਅਦ ਕਾਂਗਰਸ ਨੇ ਵਾਪਸੀ ਕੀਤੀ ਸੀ ਚੰਬੇ ਹੁਸ਼ਿਆਰਪੁਰ ਦੇ ਵਿੱਚ, ਉਸ ਤੋਂ ਬਾਅਦ ਲਗਾਤਾਰ 2 ਵਾਰ ਵਿਧਾਇਕ ਰਹੇ, ਡਿਪਟੀ ਲੀਡਰ ਆਫ ਓਪੋਜੀਸ਼ਨ ਰਹੇ, ਇਸ ਤੋਂ ਪਹਿਲਾਂ ਚੇਅਰਮੈਨ ਵੀ ਪਾਰਟੀ ਨੇ ਲਾਈ ਰੱਖਿਆ, ਇੰਨਾ ਕੁਛ ਮਿਲਣ ਤੋਂ ਬਾਅਦ ਵੀ ਨਾਰਾਜ਼ਗੀ ਕਿਉਂ ਪਾਰਟੀ ਤੋਂ? ਮੈਨੂੰ ਤਾਂ ਆਪਣੀ ਸਮਝ ਲੱਗੀ ਕਿ ਚੱਬੇਵਾਲ ਆਮ ਆਦਮੀ ਪਾਰਟੀ ਨੂੰ ਕਿਉਂ ਜੁਆਇਨ ਕਰਕੇ, ਕਾਂਗਰਸ ਨੇ ਤਾਂ ਕੋਈ ਕਮੀ ਨਹੀਂ ਛੱਡੀ, ਹੋ ਸਕਦਾ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਕੁਛ ਲੱਭਿਆ ਹੋਵੇ, ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਕਿਸੇ ਨੇ ਅਪਰੋਚ ਕੀਤੀ? ਨਹੀਂ ਨਹੀਂ, ਬਿਲਕੁਲ ਬਿਲਕੁਲ ਕਿਸੇ ਨੇ ਅਪਰੋਚ ਨਹੀਂ ਕੀਤਾ। ਲੱਗਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸੀ ਕੁਝ ਹੋਰ ਵੀ ਜਾ ਸਕਦੇ ਨੇ ਆਪਦੇ, ਜਾਂ ਫਿਰ ਦੇਖੋ ਇਹ ਹਮੇਸ਼ਾ ਹੀ ਹੁੰਦਾ, ਮੈਂ ਤੁਹਾਨੂੰ ਇਹ ਗੱਲ ਦੱਸਾਂ, ਇਹ ਇਕੱਲਾ ਇਹੀ ਨਹੀਂ। ਤੁਸੀਂ ਦੇਖੋ ਹਰਿਆਣਾ ਦੀ ਸਿਆਸਤ, ਹਰਿਆਣਾ ਦਾ ਇੱਕ ਸੀਨੀਅਰ IAS ਅਫਸਰ, ਕੀ ਨਾਂ ਉਹਦਾ ਯਾਦ, ਮੈਨੂੰ ਨਾਮ ਸਲਿਪ ਕਰ ਰਿਹਾ, ਉਹ ਕਾਂਗਰਸ ਜੁਆਇਨ ਕਰ ਗਿਆ, ਪਹਿਲਾਂ ਉਹ BJP ਦੇ ਵਿੱਚ ਸੀ। ਇਸੇ ਤਰ੍ਹਾਂ ਹੀ ਹੋਰ ਬੜੀਆਂ, ਕਈ ਕਾਂਗਰਸ 'ਚੋਂ ਚਲੇ ਗਏ, ਕਈ BJP 'ਚੋਂ ਸਾਡੀ ਪਾਰਟੀ ਦੇ ਵਿੱਚ ਨੈਸ਼ਨਲ ਲੈਵਲ 'ਤੇ ਆ ਗਏ। ਇਹ ਇਲੈਕਸ਼ਨਾਂ ਦੇ ਵਿੱਚ ਹੁੰਦਾ, ਇਹ ਚੱਲਦਾ, ਇਹ 5-4 ਦਿਨ ਚੱਲਣਾ, ਮੁੜ ਕੇ ਫਿਰ ਸਭ ਇੱਦਾਂ ਠੀਕ ਹੋ ਜਾਣਾ। ਕੀ ਲੱਗਦਾ 13 ਸੀਟਾਂ ਵਿੱਚੋਂ ਕਾਂਗਰਸ ਕਿੰਨੀਆਂ ਸੀਟਾਂ ਲੈ ਕੇ ਜਾ ਰਹੀ ਹੈ ਲੋਕ ਸਭਾ ਦੀ? ਜੋ ਸਾਡਾ ਆਈਡੀਆ, ਜਿਵੇਂ ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕੀਤਾ ਹੋਇਆ, ਜਿਵੇਂ ਲੋਕਾਂ ਦੇ ਵਿੱਚ ਐਕਸੈਪਟੈਂਸ ਬਣੀ ਆ ਕਾਂਗਰਸ ਦੀ,
100% 13 ਦੀਆਂ 13 ਸੀਟਾਂ ਕਾਂਗਰਸ ਜਿੱਤੇਗੀ। ਸਾਨੂੰ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਜਿਨ੍ਹਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਸ ਪਾਰਟੀ ਨੇ ਇੰਨਾ ਕੁਛ ਦਿੱਤਾ ਹੋਵੇ ਇੱਕ ਬੰਦੇ ਨੂੰ ਤਾਂ ਉਹ ਯਕਦਮ ਕਿਵੇਂ ਬਦਲ ਸਕਦੇ ਨੇ। ਨਾਲ ਇਹ ਵੀ ਕਹਿ ਰਹੇ ਨੇ ਕਿ ਜੋ ਮਾਹੌਲ ਹੁਣ ਲੁਧਿਆਣੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਰਕਰਾਂ ਦਾ ਵੋਟਰਾਂ ਦਾ, ਤਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 13 ਦੇ 13 ਜਿਹੜੀਆਂ ਸੀਟਾਂ ਨੇ ਉਹ ਕਾਂਗਰਸ ਜਿੱਤੇਗੀ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।